ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਦੇਸ਼ ਨੂੰ ਆਜ਼ਾਦ ਹੋਏ ਜਿੱਥੇ 70 ਸਾਲ ਬੀਤ ਚੁੱਕੇ ਹਨ, ਉੱਥੇ ਹੀ ਅੱਜ ਵੀ ਪੰਜਾਬ ਵਿੱਚ ਕਈ ਅਜਿਹੇ ਪਿੰਡ ਹਨ ਜਿੱਥੇ ਲੋਕ ਰੋਜ਼ਮਰ੍ਹਾ ਦੀ ਜ਼ਿੰਦਗੀ ਜੀਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਹੈ ਜ਼ਿਲ੍ਹਾ ਫਾਜ਼ਿਲਕਾ, ਜੋ ਕਿ ਇੱਕ ਸਰਹੱਦੀ ਇਲਾਕਾ ਹੈ ਜਿੱਥੇ ਕਈ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ। ਅਸੀਂ ਇੱਥੇ ਗੱਲ ਕਰਾਂਗੇ ਫਾਜ਼ਿਲਕਾ ਵਿੱਚ ਪੈਂਦੇ ਪਿੰਡ ਮੋਜਮ ਦੇ ਸਰਹੱਦੀ ਲੋਕਾਂ ਦੀ, ਜੋ ਆਪਣੀ ਖੇਤੀ ਕਰਨ ਲਈ ਰੋਜ਼ਾਨਾ ਕਿਸ਼ਤੀ ਉੱਪਰ ਸਤਲੁਜ ਦਰਿਆ ਪਾਰ ਕਰ ਆਪਣੇ ਖੇਤਾਂ ਵਿੱਚ ਜਾਂਦੇ ਹਨ। ਅਤੇ ਸਭ ਤੋਂ ਵੱਡੀ ਗੱਲ ਇੱਥੇ ਆ ਹੈ ਕਿ ਇਹ ਸਤਲੁਜ ਦਰਿਆ ਦੇ ਜਿੱਥੇ ਦੂਜੇ ਪਾਰ ਉਹਨਾਂ ਦੀਆਂ ਜ਼ਮੀਨਾਂ ਹਨ, ਉੱਥੇ ਸਤਲੁਜ ਦਰਿਆ ਗੁਆਂਢੀ ਮੁਲਕ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਹੈ। ਅਤੇ ਸਭ ਤੋਂ ਵੱਡੀ ਸਮੱਸਿਆ ਇੱਥੇ ਸਤਲੁਜ ਦਰਿਆ ਵਿੱਚ ਆ ਰਹੇ ਗੰਦੇ ਪਾਣੀ ਦੀ ਵੀ ਹੈ, ਜਿਸ ਨਾਲ ਬਦਬੂ ਤਾਂ ਆਉਂਦੀ ਹੀ ਹੈ ਅਤੇ ਨਾਲ ਹੀ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ। ਇਹਨਾਂ ਲੋਕਾਂ ਨੇ ਸਤਲੁਜ ਦਰਿਆ ਦੇ ਪਾਰ ਆਪਣੇ ਘਰ ਵੀ ਬਣਾ ਰੱਖੇ ਹਨ, ਜਿੱਥੇ ਜੇਕਰ ਇਹਨਾਂ ਨੂੰ ਕਿਸ਼ਤੀ ਦੇ ਰਸਤੇ ਜਾਣਾ ਹੋਵੇ ਤਾਂ ਸੜਕ ਤੋਂ ਸਿਰਫ 2 ਕਿਲੋਮੀਟਰ ਇਹਨਾਂ ਦੀਆਂ ਜ਼ਮੀਨਾਂ ਹਨ। ਪਰ ਜੇਕਰ ਇਹਨਾਂ ਨੂੰ ਆਪਣੇ ਕਿਸੇ ਦੂਜੇ ਵਾਹਨਾਂ ਰਾਹੀਂ ਜਾਣਾ ਪਵੇ, ਜਿਵੇਂ ਮੋਟਰਸਾਈਕਲ, ਟਰੈਕਟਰ, ਕਾਰ, ਤਾਂ ਇਹਨਾਂ ਨੂੰ 15 ਤੋਂ 20 ਕਿਲੋਮੀਟਰ ਬਾਰਡਰ ਦੇ ਕਈ ਪਿੰਡ ਪਾਰ ਕਰ ਆਪਣੇ ਖੇਤਾਂ ਵਿੱਚ ਜਾਣਾ ਪੈਂਦਾ ਹੈ। ਪਿਛਲੇ 70 ਸਾਲਾਂ ਵਿੱਚ ਸਰਕਾਰ ਇਹਨਾਂ ਨੂੰ ਨਾ ਤਾਂ ਪੁੱਲ ਦੇ ਪਾਈ ਹੈ ਅਤੇ ਨਾ ਹੀ ਇਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਪਾਈ ਹੈ। ਅਤੇ ਦੂਜੇ ਪਾਸੇ ਲੁਧਿਆਣਾ ਦੀਆਂ ਕੈਮੀਕਲ ਫੈਕਟਰੀਆਂ ਦਾ ਸਾਰਾ ਕੈਮੀਕਲ ਵਾਲਾ ਪਾਣੀ ਇਸ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜੋ ਇੱਥੋਂ ਹੋ ਕੇ ਪਾਕਿਸਤਾਨ ਵੱਲ ਨਿਕਲ ਜਾਂਦਾ ਹੈ। ਪਰ ਇੰਨੇ ਲੰਬੇ ਸਫ਼ਰ ਵਿੱਚ ਇਹ ਆਪਣੇ ਹੀ ਇਲਾਕੇ ਵਿੱਚ ਲੋਕਾਂ ਨੂੰ ਗੰਭੀਰ ਬਿਮਾਰੀਆਂ ਲਗਾ ਰਿਹਾ ਹੈ, ਪਰ ਸਰਕਾਰਾਂ ਇਸਦੇ ਲਈ ਕੁਝ ਨਹੀਂ ਕਰ ਪਾ ਰਹੀਆਂ ਹਨ। ਬਿਲਕੁਲ, ਉਹ ਪਿੰਡ ਜਿਹੜੇ ਹੈ ਦਰਿਆ ਤੋਂ ਪਰੇ ਨੇ, ਸੋ ਪੁੱਲ ਜਿਹੜਾ ਉਹਨਾਂ ਨੂੰ ਪਰੇ ਪੈਂਦਾ, 15-16 ਕਿਲੋਮੀਟਰ ਵੱਲ ਕੇ ਜਾਂਦੇ ਆ। ਸੋ ਬੜੀ ਲੋੜ ਹੈ, ਜਾਇਜ਼ ਮੰਗ ਹੈ ਉਹਨਾਂ ਦੀ। ਸੋ ਪੁੱਲ ਪਾਸ ਵੀ ਹੋਇਆ, ਉਹ ਸੈਂਟਰ ਦੀ ਸਕੀਮ 'ਚ ਪਾਸ ਹੋਇਆ ਹੋਇਆ, ਸੋ ਉਹਦੇ ਪੈਸੇ ਜਿਹੜੇ ਉਹ ਸੈਂਟਰ ਵੱਲੋਂ ਆਉਣੇ, ਸੋ ਹਜੇ ਉਹ ਆ ਨਹੀਂ ਰਹੇ। ਸੋ ਜਦੋਂ ਵੀ ਆ ਜਾਂਦੇ, ਜਲਦ ਤੋਂ ਜਲਦ ਜਿਹੜਾ ਸ਼ੁਰੂ ਕਰਾ ਕੇ ਬਣ ਜੂਗਾ। ਬਿਊਰੋ ਰਿਪੋਰਟ, ਦੀ ਐਨਆਰਆਈ ਟੀਮ।